ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਮਨ ਸਾਫ਼ ਕਿਵੇਂ ਹੋਏ? ਵਾਹਿਗੁਰੂ ਦਾ ਨਾਮ ਦਾ ਜਾਪ ਕਰਨਾ ਹੈ ਤਾਂ ਇਸ ਵਾਹਿਗੁਰੂ ਨਾਮ ਨੂੰ ਮਨ ਤੱਕ ਲੈ ਜਾਵੀਂ। ਸਿਰਫ ਵਿਚਾਰਾਂ ਤੱਕ ਨਾ ਰੱਖੀ, ਵਿਚਾਰ ਤਾਂ ਸਾਡੇ ਸੁਲਝੇ ਹੋਏ ਹਨ, ਸਾਡੇ ਮਨ ਮੈਲੇ ਹਨ। ਅਸੀਂ ਮਨ ਤੋਂ ਪੱਥਰ ਹਾਂ। ਮਨ ਕਿਸ ਦਾ ਜਾਪ ਕਰਦਾ? ਮਾਇਆ ਦਾ। ਸਾਡੇ ਸਾਰਿਆਂ ਦਾ ਹੀ ਮਨ ਮਾਇਆ ਦਾ ਜਾਪ ਕਰਦਾ। ਜਿਸ ਦਾ ਮਨ ਵਾਹਿਗੁਰੂ ਦਾ ਰਸ ਮੰਗੇ, ਉਹ ਸਿੱਖ ਹੈ। ਜਿਵੇਂ ਦਾ ਸਾਡਾ ਮਨ ਹੋਵੇਗਾ, ਸਾਡੀਆਂ ਅੱਖਾਂ ਵੀ ਉਵੇਂ ਦੀਆਂ ਹੋਣਗੀਆਂ, ਕਿਉਂਕਿ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ। ਤੁਸੀਂ ਲਫ਼ਜ਼ ਬੋਲ ਕੇ ਮਨ ਨੂੰ ਤਾਂ ਧੋਖਾ ਦੇ ਲਵੋਗੇ, ਪਰ ਅੱਖਾਂ ਨੂੰ ਕਦੇ ਧੋਖਾ ਨਹੀਂ ਦੇ ਸਕਦੇ। ਤੁਸੀਂ ਵੇਖਿਆ ਹੋਵੇਗਾ, ਅਗਰ ਮਨ ਵਿੱਚ ਗੁੱਸਾ ਆਏਗਾ ਤਾਂ ਅੱਖਾਂ ਵਿੱਚ ਵੀ ਗੁੱਸਾ ਹੋਏਗਾ। ਮਨ ਵਿੱਚ ਕਾਮ ਹੋਏਗਾ ਤਾਂ ਅੱਖਾਂ ਵਿੱਚ ਵੀ ਕਾਮ ਦਿਖੇਗਾ। ਮਨ ਵਿੱਚ ਲੋਭ ਹੋਵੇਗਾ, ਅੱਖਾਂ ਵਿੱਚ ਵੀ ਲੋਭ ਆਏਗਾ। ਮੋਹ ਵੀ ਅੱਖਾਂ ਵਿੱਚ ਆਏਗਾ। ਹੰਕਾਰ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਉ, ਕਿਉਂਕਿ ਅਸੀਂ ਸਾਰੇ ਅੰਦਰੋਂ ਹੰਕਾਰ ਨਾਲ ਹੀ ਭਰੇ ਹੋਏ ਹਾਂ। ਗੁਰੂ ਗੋਬਿੰਦ ਸਿੰਘ ਜੀ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਹਨ ਤਾਂ ਸਾਡੀਆਂ ਅੱਖਾਂ ਦੀ ਮੈਲ ਲਾ ਦਿੰਦੇ ਹਨ, ਉਹ ਸਾਡੀ ਅੱਖਾਂ ਦਾ ਓਪਰੇਸ਼ਨ ਕਰ ਦਿੰਦੇ ਹਨ ਅਤੇ ਆਪਣਾ ਪਿਆਰਾ ਸਿੱਖ ਬਣਾ ਲੈਂਦੇ ਹਨ। ਇਸ ਲਈ ਮੂਲ ਮੰਤਰ ਦਾ ਜਾਪ ਕਰੋ, ਆਪਣੇ ਗੁਰੂ ਦਾ ਜਾਪ ਕਰੋ, ਵਾਹਿਗੁਰੂ ਦਾ ਜਾਪ ਕਰੋ। 60 ਲੱਖ ਵਾਰ ਵਾਹਿਗੁਰੂ ਬੋਲੋ ਤਾਂ ਮਨ ਸਾਫ਼ ਹੋ ਜਾਏਗਾ। ਇੱਕ ਵਾਰ ਨਹੀਂ ਹੁੰਦਾ, ਦੋ ਵਾਰ ਨਹੀਂ ਹੁੰਦਾ, ਉਹਨੂੰ 5 ਵਾਰ ਕਰੋ, ਉਹ ਵਾਹਿਗੁਰੂ ਤੁਹਾਡੀ ਸੁਣੂਗਾ। ਜਿਵੇਂ ਡਾਕਟਰ ਕਿਸੇ ਦਾ ਓਪਰੇਸ਼ਨ ਕਰਦਾ ਤਾਂ ਉਸ ਕੋਲ ਉਹੀ ਸਮਾਂ ਹੁੰਦਾ ਓਪਰੇਸ਼ਨ ਕਰਨ ਦਾ, ਉਸ ਕੋਲ ਉਹ ਉਸ ਟਾਈਮ ਨੂੰ ਕਦੇ ਨਹੀਂ ਖੁਜਾਉਂਦਾ। ਉਸਨੇ ਜੋ ਵੀ ਕਰਨਾ ਹੁੰਦਾ ਉਸ ਸਮੇਂ ਦੇ ਅੰਦਰ ਹੀ ਕਰਨਾ ਹੁੰਦਾ। ਇੱਕ ਉਹ ਸਮਾਂ ਸੀ ਜਦੋਂ 5 ਪਿਆਰਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬਣਾਤਾ ਸੀ, ਅਤੇ ਤੁਸੀਂ ਇਸ ਤੋਂ ਸੱਖਣੇ ਨਾ ਰਹਿ ਜਾਇਓ। ਗੁਰੂ ਨਾਲ ਜੋ ਪਿਆਰ ਪਾਉਣਾ ਉਸ ਸਮੇਂ ਨੂੰ ਨਾ ਗਵਾਓ। ਜਿਵੇਂ ਸਟੇਸ਼ਨ 'ਤੇ ਟ੍ਰੇਨ ਆਉਂਦੀ ਹੈ, ਉਹ ਮੁਸਾਫਰਾਂ ਨੂੰ ਨਹੀਂ ਕਹਿੰਦੀ ਕਿ ਆਓ ਮੇਰੇ ਵਿੱਚ ਬੈਠ ਜਾਓ, ਮੁਸਾਫਿਰ ਖੁਦ ਉਹਦੇ ਵਿੱਚ ਬੈਠਦਾ। ਅਸੀਂ ਸਭ ਵੀ ਮੁਸਾਫਿਰ ਹਾਂ, ਅਸੀਂ ਸਭ ਨੇ ਗੁਰੂ ਦੇ ਜਹਾਜ਼ ਵਿੱਚ ਬੈਠਣਾ। ਇਸ ਸਮੇਂ ਨੂੰ ਨਾ ਗਵਾਓ, ਅੱਜ ਤੋਂ ਹੀ ਪ੍ਰਭੂ ਦੀ ਸ਼ਰਨ ਵਿੱਚ ਜਾਓ ਅਤੇ ਵਾਹਿਗੁਰੂ ਦਾ ਜਾਪ ਜਪੋ, ਮਨ ਨੂੰ ਪਵਿੱਤਰ ਕਰੋ। ਮਨ ਪਵਿੱਤਰ ਕਿਵੇਂ ਹੋਏਗਾ? ਬਾਣੀ ਨਾਲ। ਤਾਂ ਅੱਜ ਤੋਂ ਬਾਣੀ ਸਟਾਰਟ ਕਰੋ, ਵਾਹਿਗੁਰੂ 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 ਵਾਹਿਗੁਰੂ।